ਬਾਬਾ ਬਾਲਕਨਾਥ ਦੀ ਕਹਾਣੀ ਤੁਸੀਂ ਸਾਰੇ ਜਾਣਦੇ ਹੋ। 12 ਸਾਲ 12 ਘੜੀਆਂ ਦਾ ਮੁੱਲ ਤਾਰ ਕੇ 12 ਸਾਲ ਜਦੋਂ ਗੁਫਾ 'ਚ ਉਡਾਰੀ ਮਾਰ ਕੇ ਚਲੇ ਜਾਂਦੇ ਨੇ ਤੇ ਮਾਂ ਦਰ ਦਰ ਭਟਕਦੀ ਹੈ, ਮੱਛੀਆਂ ਗਾਵਾਂ ਤੋਂ ਪੁੱਛਦੀ ਹੈ, ਜੰਗਲਾਂ ਤੋਂ ਪੁੱਛਦੀ ਹੈ ਵੀ ਕੋਈ ਮੈਨੂੰ ਦੱਸੇ ਮੇਰਾ ਜੋਗੀ ਕਿੱਥੇ ਚਲਾ ਗਿਆ। ਵੇ ਤੂੰ ਰੋਟੀ ਖਾਣੇ ਰਤੀ ਨਾ ਖਲਾਵੇ ਤੇਰੀ ਮਾਂ, ਹਾਂਜੀ ਵੇ ਤੂੰ ਰੋਟੀ ਖਾ ਲੈ ਖਾ ਲੈ, ਵੇ ਤੂੰ ਲੱਸੀ ਪੀ ਲੈ ਰਤੀ ਨਾ ਪਲਾਵੇ ਤੇਰੀ ਮਾਂ। ਪਿਆਰ ਤੈਨੂੰ ਰੋਟੀ ਖਿਲਾਉਣਾ ਬੈਠੇ ਸੀ ਤਾਂ ਗਊਆਂ ਨੇ ਆ ਕੇ ਖੇਤ ਉਜਾੜ ਦਿੱਤੇ।
ਤੇ ਮਾਂ ਨੇ ਗੁੱਸੇ ਜਾ ਕੇ ਬਾਬਾ ਬਾਲਕਨਾਥ ਜੀ ਨੂੰ ਤਾਨਾ ਮਾਰਿਆ। ਕੀ ਲਿਖਿਆ ਡੈਡੀ ਜੀ ਨੇ, ਉਹ ਲੋਕਾਂ ਦੀ ਮੈਂ ਆਖੇ ਲੱਗ ਕੇ ਮੇਰੇ ਤੈਨੂੰ ਨੂੰ ਮਾਰੇ ਦਰਬਾਰ ਕੀ ਜੈਕਾਰਾ ਪਾਉਣਾ ਹਾਰੀ ਦਾ ਹਾਜ਼ਰੀ ਕਬੂਲ।